ਸਤਿ ਸ਼੍ਰੀ ਅਕਾਲ। ਪੰਜਾਬ ਭਾਰਤ ਅਤੇ ਕੈਨੇਡਾ ਦੀਆਂ ਇੰਗਲਿਸ਼, ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਗੌਰੀ ਸਿੰਘ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਆਪਰੇਸ਼ਨ ਬਲੂ ਸਟਾਰ ਡਿਟੇਨਿਸ ਨੂੰ ਮੁਆਵਜ਼ੇ ਦੇ ਲਈ ਕੇਂਦਰ ਨੂੰ ਬੇਨਤੀ ਕੀਤੀ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ NRI ਸਮਰਥਕਾਂ ਨੇ ਪੰਜਾਬ ਰੈਫਰੈਂਡਮ 2020 ਵਿੱਚ ਲੀਡਰ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕੀਤਾ ਹੈ। ਭਾਰਤ ਵਿੱਚ ਜੰਮੂ ਕਸ਼ਮੀਰ ਵਿੱਚ ਗਵਰਨਰ ਸ਼ਾਸਨ ਲਗਾਇਆ ਗਿਆ ਹੈ ਅਤੇ ਬੈਂਕ ਆਫ ਮਹਾਰਾਸ਼ਟਰਾ CEO ਨੂੰ 2000 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕੈਨੇਡਾ ਵਿੱਚ ਦੇਸ਼ ਕੈਨਾਬੀਜ਼ ਨੂੰ ਲੀਗਲ ਬਣਾਉਣ ਵਾਲਾ ਪਹਿਲਾ ਹੈ ਅਤੇ PM ਟਰੂਡੋ ਦੀ ਭਾਰਤ ਦੀ ਪਰੇਸ਼ਾਨ ਯਾਤਰਾ ਵਿੱਚ ਖਰਚ ਕੀਤੀ ਕੀਮਤ 1.5 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਯੂਨੀਅਨ ਮਿਨਿਸਟਰ ਹਰਸਿਮਰਤ ਕੌਰ ਬਾਦਲ ਦੇ ਇੱਕ SAD ਡੈਲੀਗੇਸ਼ਨ ਨੇ ਯੂਨੀਅਨ ਹੋਮ ਮਿਨਿਸਟਰ ਰਾਜਨਾਥ ਸਿੰਘ ਦੇ ਨਾਲ ਆਪਰੇਸ਼ਨ ਬਲੂ ਸਟਾਰ ਡਿਟੇਨੀਜ਼ ਦੇ ਲਈ ਰਾਹਤ ਮੰਗੀ। ਪਿਛਲੇ ਸਾਲ ਇੱਕ ਅੰਮ੍ਰਿਤਸਰ ਅਦਾਲਤ ਨੇ ਕੇਂਦਰ ਨੂੰ ਇਹ ਉਪਲਬਧ ਕਰਾਉਣ ਦੇ ਲਈ ਕਿਹਾ ਸੀ। ਰਾਜਨਾਥ ਸਿੰਘ ਨੇ SAD ਨੂੰ ਆਸ਼ਵਾਸਨ ਦਿੱਤਾ ਹੈ ਕਿ ਹਰ ਕਿਸੇ ਨੂੰ ਉਹਨਾਂ ਦਾ ਡਿਊ ਮਿਲੇਗਾ। ਆਮ ਆਦਮੀ ਪਾਰਟੀ ਦੇ ਪੰਜਾਬ ਰੈਫਰੈਂਡਮ 2020 ਵਿੱਚ ਉਹਨਾਂ ਦੇ ਬਿਆਨ ਤੇ ਆਮ ਆਦਮੀ ਪਾਰਟੀ ਦੇ NRI ਸਮਰਥਕਾਂ ਨੇ ਪੰਜਾਬ ਦੇ ਲੀਡਰ ਸੁਖਪਾਲ ਖਹਿਰਾ ਨੂੰ ਆਪਣਾ ਸਮਰਥਨ ਦਿੱਤਾ ਹੈ। ਹਾਲਾਂਕਿ ਪਾਰਟੀ ਦਾ ਹਾਈ ਕਮਾਂਡ ਅਜੇ ਵੀ ਖਹਿਰਾ ਤੋਂ ਉਲਝ ਗਿਆ ਹੈ। ਇਲੀਗਲ ਕੰਸਟਰਕਸ਼ਨ ਦੇ ਖਿਲਾਫ ਆਪਣੇ ਹਾਲ ਹੀ ਦੇ ਅਭਿਆਨ ਤੇ CM ਅਮਰਿੰਦਰ ਸਿੰਘ ਲੋਕਲ ਬਾਡੀਜ਼ ਮਿਨਿਸਟਰ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਖੁਦ ਗਏ ਹਨ। ਅਮਰਿੰਦਰ ਨੇ ਦਾਅਵਾ ਕੀਤਾ ਹੈ ਕਿ ਅਨਆਥੋਰਾਈਜ਼ਡ ਕਾਲੋਨੀਜ਼ ਤੇ ਪ੍ਰਪੋਜ਼ਡ ਰੈਗੂਲਰਾਈਜ਼ੇਸ਼ਨ ਪਾਲਿਸੀ ਤੋਂ ਲਾਭ ਉਠਾਉਣ ਦੇ ਲਈ ਕੋਈ ਵੀ ਇਲੀਗਲ ਕੰਸਟਰਕਸ਼ਨ ਨਹੀਂ ਕਰ ਸਕਦਾ। ਇੱਕ ਮੋਗਾ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ 10 ਫਾਲੋਅਰਸ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਹਨਾਂ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੈਕਰੀਲੇਜ ਦੇ ਮਾਮਲਿਆਂ ਅਤੇ ਮੋਗਾ ਜ਼ਿਲ੍ਹੇ ਵਿੱਚ ਦੰਗਿਆਂ ਦੀਆਂ ਘਟਨਾਵਾਂ ਦੇ ਚੱਲ ਰਹੀ ਜਾਂਚ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੈਲਥ ਡਿਪਾਰਟਮੈਂਟ ਨੇ ਤੰਦਰੁਸਤ ਪੰਜਾਬ ਮਿਸ਼ਨ ਹੇਠ ਫੂਡ ਐਡਲਟਰੇਸ਼ਨ ਦੀ ਜਾਂਚ ਕਰਨ ਦੇ ਲਈ ਹੈਕਟਿਕ ਡਰਾਈਵ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਉਹ ਹੋਲਸੇਲਰਸ ਅਤੇ ਵੈਂਡਰਸ ਨੂੰ ਦੰਡਿਤ ਕਰਨ ਵਿੱਚ ਵਾਧਾਵਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਮੈਜੋਰਿਟੀ ਲਾਇਸੈਂਸ ਨਹੀਂ ਹੈ। ਇੱਕ ਡਰੱਗ ਮਾਮਲੇ ਵਿੱਚ ਪਾਕਿਸਤਾਨੀ ਔਰਤ ਨਸਰੀਨ ਅਖਤਰ ਦੀ ਯਾਚਿਕਾ ਅੰਮ੍ਰਿਤਸਰ ਅਦਾਲਤ ਵਿੱਚ ਸੁਣਾਈ ਗਈ ਹੈ ਅਤੇ ਇਸ ਤੋਂ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪਾਸਪੋਰਟ ਐਕਟ ਹੇਠ ਗ੍ਰਿਫਤਾਰ ਨਸਰੀਨ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ। SAD ਦੇ ਅਬੋਹਰ ਡਿਸਟ੍ਰਿਕਟ ਸੈਕਟਰੀ ਸੁਰੇਸ਼ ਸਤੀਜਾ ਨੂੰ IPC ਅਤੇ ਇਸੈਂਸ਼ੀਅਲ ਕਮੋਡਿਟੀਜ਼ ਦੇ ਐਕਟ ਦੇ ਰੈਲੀਵੈਂਟ ਸੈਕਸ਼ਨਸ ਦੇ ਹੇਠ ਧੋਖਾਧੜੀ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਸਤੀਜਾ, ਟਰੈਕਟਰ ਟ੍ਰੇਲਰ ਡਰਾਈਵਰ ਸਤਿਆਦੇਵ ਅਤੇ ਹੋਰ ਕਰਮਚਾਰੀਆਂ ਦੇ ਖਿਲਾਫ਼ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਰਾਜਸਥਾਨ ਤੋਂ ਇਲੀਗਲ ਰੂਪ ਨਾਲ ਫਰਟੀਲਾਈਜ਼ਰਸ ਦੇ 63 ਬੈਗ ਟ੍ਰਾਂਸਪੋਰਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਆਰੋਪ ਲਗਾਇਆ ਗਿਆ ਸੀ। ਇੱਕ IPS ਆਫਿਸਰ ਨੂੰ ਮਿਲਣ ਦੇ ਲਈ ਮੱਧ ਪ੍ਰਦੇਸ਼ ਜਾਣ ਵਾਲੇ ਦਸੂਹਾ ਦੀ ਇੱਕ 27 ਸਾਲ ਦੀ ਔਰਤ ਬਾਅਦ ਵਿੱਚ ਆਉਣ ਤੋਂ ਇਨਕਾਰ ਕਰਨ ਦੇ ਬਾਅਦ ਵਾਪਸ ਆਉਣ 'ਤੇ ਸਹਿਮਤ ਹੋ ਗਈ ਹੈ। ਉਹ ਸੋਸ਼ਲ ਨੈਟਵਰਕਿੰਗ ਸਾਈਟ ਦੇ ਮਾਧਿਅਮ ਨਾਲ ਸਚਿਨ ਅਤੁਲਕਰ ਦੇ ਨਾਲ ਸੰਪਰਕ ਵਿੱਚ ਆਈ। SGPC ਮਹਾਰਾਜਾ ਰਣਜੀਤ ਸਿੰਘ ਦੀ ਐਨੀਵਰਸਰੀ ਮਨਾਉਣ ਦੇ ਲਈ ਪਾਕਿਸਤਾਨ ਨੂੰ ਇੱਕ ਜੱਥਾ ਭੇਜਣਗੇ। SGPC ਦੇ ਐਡੀਸ਼ਨਲ ਸੈਕਟਰੀ ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਜੱਥਾ SGPC ਦੇ ਆਫਿਸ ਤੋਂ ਨਿਕਲੇਗਾ। ਹਰਿਆਣਾ ਦੇ ਨਿਵਾਸੀ ਭਾਈ ਰਣਜੀਤ ਸਿੰਘ ਭਾਰੀ ਦਿਲ ਤੋਂ ਵਾਪਸ ਲੌਟ ਆਏ ਹਨ। ਉਹਨਾਂ ਨੇ ਇੱਕ ਪਗੜੀ ਵਾਲੇ ਸਿੱਖ ਦੇ ਰੂਪ ਵਿੱਚ ਆਪਣੀ ਪਹਿਚਾਣ ਬਰਕਰਾਰ ਰੱਖਣ ਦੇ ਲਈ ਫਰਾਂਸ ਦੀ ਸਰਕਾਰ ਦੇ ਖਿਲਾਫ ਕਾਨੂੰਨੀ ਲੜਾਈ ਲੜੀ ਸੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਸਿੱਖ ਆਊਟਫਿਟ ਜਾਂ ਫਿਰ ਭਾਰਤ ਸਰਕਾਰ ਨੇ ਉਹਨਾਂ ਨੂੰ 2 ਡੈਕੇਡ ਦੀ ਲੰਬੀ ਲੜਾਈ ਵਿੱਚ ਉਹਨਾਂ ਦੀ ਮਦਦ ਕੀਤੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਕਰੋਲ ਬਾਗ ਜਵੈਲਰਸ, ਗਹਿਣਿਆਂ ਦੇ ਲੇਟੈਸਟ ਡਿਜ਼ਾਈਨ ਲਈ ਪਹਿਲੀ ਚੁਆਇਸ। ਸੋਨੇ ਅਤੇ ਹੀਰੇ ਦੇ ਸੈੱਟ, ਚੂੜੀਆਂ ਅਤੇ ਕੜੇ, ਚੇਨ, ਜੜਾਊ ਸੈੱਟ ਅਤੇ ਹੋਰ ਵੀ ਕਈ ਗਹਿਣਿਆਂ ਤੇ ਸਪੈਸ਼ਲ ਡਿਸਕਾਊਂਟ। ਸਭ ਤੋਂ ਵੱਡੀ ਚੁਆਇਸ, ਬਿਹਤਰੀਨ ਸਰਵਿਸ ਅਤੇ ਸਭ ਤੋਂ ਵਾਜਿਬ ਰੇਟਾਂ ਲਈ ਆਓ ਕਰੋਲ ਬਾਗ ਜਵੈਲਰਸ ਅਤੇ ਰੂਪ ਜਵੈਲਰਸ। ਕਰੋਲ ਬਾਗ ਜਵੈਲਰਸ, 1098 ਪੀਟਰ ਰੋਬਰਟਸਨ ਬੁਲੇਵਾਰਡ, ਬ੍ਰੈਂਪਟਨ। ਰੂਪ ਜਵੈਲਰਸ, 503 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਆਰਮੀ ਚੀਫ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਗਵਰਨਰ ਦੇ ਸ਼ਾਸਨ ਨੂੰ ਲਾਗੂ ਕਰਨ ਤੋਂ ਅੱਤਵਾਦ ਵਿਰੋਧੀ ਅਭਿਆਨਾਂ ਤੇ ਕੋਈ ਵੀ ਅਸਰ ਨਹੀਂ ਪਵੇਗਾ। CM ਮਹਿਬੂਬਾ ਮੁਫਤੀ ਨੇ ਗਠਬੰਧਨ ਸਰਕਾਰ ਤੋਂ BJP ਦੀ ਵਾਪਸੀ ਦੇ ਬਾਅਦ ਆਪਣਾ ਅਸਤੀਫਾ ਸੌਂਪਣ ਦੇ ਬਾਅਦ ਗਵਰਨਰ ਦੇ ਸ਼ਾਸਨ ਦੀ ਸਿਫਾਰਿਸ਼ ਕੀਤੀ ਸੀ।
ਪੁਣੇ ਪੁਲਿਸ ਦੇ ਇਕਨੋਮਿਕ ਆਫੈਂਸਿਸ ਵਿੰਗ ਨੇ ਰਵਿੰਦਰ ਮਰਾਠੇ CEO ਅਤੇ MD ਬੈਂਕ ਆਫ ਮਹਾਰਾਸ਼ਟਰ ਅਤੇ ਉਹਨਾਂ ਦੇ ਪ੍ਰੀਡੈਸੈਸਰ ਸੁਸ਼ੀਲ ਮੁਹਨੋਤ ਨੂੰ ਗ੍ਰਿਫਤਾਰ ਕਰ ਲਿਆ। ਕਥਿਤ ਰੂਪ ਤੋਂ 2,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲੇ ਵਿੱਚ ਬਿਲਡਰ DS ਕੁਲਕਰਨੀ ਦੇ ਨਾਲ ਕਥਿਤ ਰੂਪ ਨਾਲ ਤਾਲਮੇਲ ਕਰਨ ਦੇ ਲਈ ਹੈ। ਯੂਨੀਅਨ ਮਿਨਿਸਟਰ ਅਰੁਣ ਜੇਟਲੀ ਨੇ ਕਿਹਾ ਹੈ ਕਿ ਚੀਫ ਇਕਨੋਮਿਕ ਐਡਵਾਈਜ਼ਰ ਅਰਵਿੰਦ ਸੁਬਰਾਮਨੀਅਮ ਪਰਿਵਾਰਕ ਕਮਿਟਮੈਂਟਸ ਨੂੰ ਦਬਾ ਕੇ ਫਾਈਨਾਂਸ ਮਿਨਿਸਟਰੀ ਛੱਡ ਦੇਣਗੇ ਅਤੇ US ਲੌਟ ਆਉਣਗੇ। 16 ਅਕਤੂਬਰ 2014 ਨੂੰ ਸੁਬਰਾਮਨੀਅਮ ਨੂੰ ਫਾਈਨਾਂਸ ਮਿਨਿਸਟਰ ਨੂੰ CEA ਨਿਯੁਕਤ ਕੀਤਾ ਗਿਆ ਸੀ। ਭਾਰਤ ਨੇ ਬਿਡਸ ਤੋਂ ਵਿਆਜ ਦੀ ਕਮੀ ਦੀ ਵਜ੍ਹਾ ਕਰਕੇ ਸਟੇਟ ਓਨਡ ਕੈਰੀਅਰ ਏਅਰ ਇੰਡੀਆ ਵਿੱਚ 76% ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾਈ ਹੈ। ਹੁਣ ਇਹ ਆਪਣੀ ਫੰਡਿੰਗ ਜ਼ਰੂਰਤਾਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਕੰਪੈਟੀਟਿਵ ਬਣੇ ਰਹਿਣ ਦੇ ਤਰੀਕੇ ਲੱਭ ਰਿਹਾ ਹੈ। ਜੂਨੀਅਰ ਸਿਵਲ ਏਵੀਏਸ਼ਨ ਮਿਨਿਸਟਰ ਜਯੰਤ ਸਿਨਹਾ ਨੇ ਕਿਹਾ ਹੈ ਕਿ ਸਰਕਾਰ ਅਜੇ ਵੀ ਏਅਰਲਾਈਨ ਨੂੰ ਪ੍ਰਾਈਵੇਟਾਈਜ਼ਿੰਗ ਕਰਨ ਦੇ ਲਈ ਕਮਿਟਿਡ ਹੈ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਕਿ 2022 ਤੱਕ ਫਾਰਮ ਇਨਕਮ ਨੂੰ ਦੁੱਗਣਾ ਕਰਨ ਦੇ ਆਪਣੇ ਉਦੇਸ਼ ਨੂੰ ਹਾਸਲ ਕਰਨ ਦੇ ਲਈ ਉਹਨਾਂ ਦੀ ਸਰਕਾਰ ਨੇ ਐਗਰੀਕਲਚਰ ਦੇ ਲਈ ਬਜਟ ਨੂੰ 2.12 ਲੱਖ ਕਰੋੜ ਰੁਪਏ ਕਰ ਦਿੱਤਾ ਸੀ। ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਤੋਂ 600 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ। ਨੋਟਿਡ ਪੋਇਟ ਅਤੇ ਲਿਰਿਸਿਸਟ ਜਾਵੇਦ ਅਖਤਰ ਨੇ ਕਰਨਾਟਕਾ ਕਲੈਰਿਕ ਤਨਵੀਰ ਪੀਰਾ ਹਾਸ਼ਿਮ ਦੀ ਇਮੀਡੀਏਟ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਹਨਾਂ ਦੇ ਕੰਟਰੋਵਰਸ਼ੀਅਲ ਰਿਮਾਰਕ ਦੇ ਲਈ ਕਿ ਬਕਰੀਦ ਦੇ ਦੌਰਾਨ ਗਾਵਾਂ ਨੂੰ ਮਾਰਿਆ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਕਮੈਂਟ ਗੈਰ ਜ਼ਿੰਮੇਵਾਰ ਅਤੇ ਅਪਮਾਨਜਨਕ ਸੀ। PEW ਰਿਸਰਚ ਸੈਂਟਰ ਦੇ ਇੱਕ ਨਵੇਂ ਸਰਵੇ ਦੇ ਹਿਸਾਬ ਦੇ ਨਾਲ ਡਿਜੀਟਲ ਇੰਡੀਆ ਦੀ ਗੱਲ ਦੇ ਬਾਵਜੂਦ ਦੇਸ਼ ਵਿੱਚ 4 ਵਿੱਚੋਂ ਸਿਰਫ ਇੱਕ ਨੇ 2017 ਵਿੱਚ ਇੰਟਰਨੈੱਟ ਦਾ ਇਸਤੇਮਾਲ ਕਰਨ ਦੀ ਸੂਚਨਾ ਦਿੱਤੀ, ਜੋ ਕਿ ਦੁਨੀਆ ਦੇ ਸਭ ਤੋਂ ਨਿਚਲੇ ਹਿੱਸੇ ਵਿੱਚੋਂ ਇੱਕ ਹੈ। ਸਾਊਥ ਕੋਰੀਆ ਸਭ ਤੋਂ ਜ਼ਿਆਦਾ ਜੁੜੇ ਹੋਏ ਸਮਾਜ ਦੇ ਰੂਪ ਵਿੱਚ ਖੜ੍ਹਾ ਹੈ। ਇੰਟਰਨੈੱਟ ਇਸਤੇਮਾਲ ਕਰਨ ਦੀ ਰਿਪੋਰਟ ਕਰਨ ਵਾਲੇ 96% ਐਡਲਟਸ ਦੇ ਨਾਲ ਡੈਂਸਲੀ ਪਾਪੂਲੇਟਿਡ ਨੌਰਥ ਇੰਡੀਅਨ ਪਲੇਨਸ ਦੇ ਖਤਰਨਾਕ ਰੂਪ ਦੇ ਨਾਲ ਡਸਟ ਸਟੋਰਮ ਭਾਰਤ ਵਿੱਚ ਡਿਸਰਪਟਿਵ ਮੌਸਮ ਦੀਆਂ ਘਟਨਾਵਾਂ ਦੇ ਨਿਊ ਨਾਰਮਲ ਦਾ ਹਿੱਸਾ ਹੈ। ਉਹ ਦੇਸ਼ ਦੇ ਪਹਿਲੇ ਤੋਂ ਹੀ ਘਾਤਕ ਏਅਰ ਪੋਲਿਊਸ਼ਨ ਨੂੰ ਖਰਾਬ ਕਰ ਰਹੇ ਹਨ ਅਤੇ $2.3 trillion ਇਕਾਨਮੀ ਵਿੱਚ ਡਿਸਰਪਸ਼ਨ ਪੈਦਾ ਕਰ ਰਹੇ ਹਨ। ਬਾਇਲੇਟਰਲ ਟੈਸਟ ਕ੍ਰਿਕਟ ਦੇ ਵਿੱਚ ਜ਼ਿਆਦਾ ਕੰਟੈਕਟ ਲਿਆਉਣ ਦੇ ਉਦੇਸ਼ ਦੇ ਨਾਲ ਇੰਸਟੇਟਿਡ ਉਦਘਾਟਨ ICC ਵਰਲਡ ਟੈਸਟ ਚੈਂਪੀਅਨਸ਼ਿਪ 15 ਜੁਲਾਈ 2019 ਤੋਂ 30 ਅਪ੍ਰੈਲ 2021 ਤੱਕ ਖੇਲੀ ਜਾਵੇਗੀ। ਇਹ ਵੇਖਣਗੇ ਕਿ ਟੀਮ 2 ਸਾਲ ਦੇ ਸਾਈਕਲ ਦੇ ਵਿੱਚ 3 ਹੋਮ ਅਤੇ ਅਵੇ ਸ਼੍ਰਿੰਖਲਾ ਖੇਲਣਗੇ। ਅਦਾਕਾਰਾ ਪ੍ਰਿਯੰਕਾ ਚੋਪੜਾ ਅਗਲੇ ਸਾਲ ਆਪਣੇ ਮੈਮੋਇਰ ਦੇ ਨਾਲ ਬਾਹਰ ਆ ਜਾਵੇਗੀ, ਜਿਸ ਵਿੱਚ ਉਹ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਲਿਖੇਗੀ ਜੋ ਉਹਨਾਂ ਨੇ ਪਹਿਲੇ ਕਦੀ ਵੀ ਨਹੀਂ ਬੋਲੀਆਂ ਸਨ। ਅਨਫਿਨਿਸ਼ਡ ਐਕਟਰ, ਪ੍ਰੋਡਿਊਸਰ, ਐਕਟਿਵਿਸਟ ਅਤੇ ਯੂਨੀਸੈਫ ਗੁੱਡਵਿਲ ਐਂਬੈਸਡਰ ਦੇ ਪਰਸਨਲ ਐਸੇ, ਕਹਾਣੀਆਂ ਅਤੇ ਓਬਜ਼ਰਵੇਸ਼ਨ ਦਾ ਕਲੈਕਸ਼ਨ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। Get the mortgage that's best for you from Abdul Kaiser, Principal Broker of Ingenious Mortgages. We offer first and second mortgages and refinancing. We deal with multiple lenders. We also conduct the REMIC course and exam to become a mortgage agent in just 1 week at our location. Call us at 416-887-9196 or log on to www.ingeniousmortgages.ca. ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਸੈਨੇਟਰਸ ਨੇ ਟਰੂਡੋ ਸਰਕਾਰ ਦੇ ਬਿੱਲ ਨੂੰ ਰੀਕ੍ਰੀਏਸ਼ਨਲ ਮੈਰੋਵਾਨਾ ਨੂੰ ਲੀਗਲ ਬਣਾਉਣ ਦੇ ਲਈ ਵੋਟ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾਂ ਤੋਂ ਲੀਗਲ ਕੈਨਾਬੀਸ ਬਾਜ਼ਾਰ ਦੇ ਲਈ 8 ਤੋਂ 12 ਹਫ਼ਤਿਆਂ ਦੇ ਅੰਦਰ ਦਾ ਰਸਤਾ ਤੈਅ ਕਰ ਰਿਹਾ ਹੈ। ਕੈਨੇਡੀਅਨਸ ਲੀਗਲ ਰੂਪ ਤੋਂ ਮਿਡ ਅਕਤੂਬਰ ਤੱਕ ਰੀਕ੍ਰੀਏਸ਼ਨਲ ਕੈਨਾਬੀਸ ਖਰੀਦ ਅਤੇ ਇਸਤੇਮਾਲ ਕਰਨ ਵਿੱਚ ਸਕਸ਼ਮ ਹੋਣਗੇ। ਨਵੇਂ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਫੈਬਰੂਰੀ ਵਿੱਚ PM ਜਸਟਿਨ ਟਰੂਡੋ ਦੀ ਭਾਰਤ ਦੀ ਪਰੇਸ਼ਾਨ ਯਾਤਰਾ ਦੇ ਲਈ ਬਿੱਲ $1.5 million ਤੋਂ ਜ਼ਿਆਦਾ ਹੋ ਗਏ ਸਨ। ਕੰਜ਼ਰਵੇਟਿਵ MPs ਦਾ ਕਹਿਣਾ ਹੈ ਕਿ ਲੈਵਿਸ਼ ਯਾਤਰਾ ਪੈਸੇ ਦੀ ਇੱਕ ਵੱਡੀ ਬਰਬਾਦੀ ਸੀ, ਜਿਸ ਨੇ PM ਦੇ ਲਈ ਸ਼ਰਮਿੰਦਗੀ ਦੇ ਇਲਾਵਾ ਨਿਵੇਸ਼ ਤੇ ਕੋਈ ਵੀ ਵਾਪਸੀ ਨਹੀਂ ਕੀਤੀ ਸੀ। ਹਾਊਸ ਸਪੀਕਰ ਜੇਆਫ ਰੀਗਨ ਨੇ ਕੈਨੇਡਾ US ਵਪਾਰ ਦੇ ਭਵਿੱਖ ਵਿੱਚ ਹਾਊਸ ਆਫ ਕਾਮਨਸ ਵਿੱਚ ਐਮਰਜੈਂਸੀ ਬਹਿਸ ਦੇ ਲਈ ਅਪੋਜੀਸ਼ਨ ਕੰਜ਼ਰਵੇਟਿਵ ਮੰਗਾਂ ਨੂੰ ਖਾਰਜ ਕਰ ਦਿੱਤਾ ਹੈ। ਕੈਨੇਡਾ 1 ਜੁਲਾਈ ਤੋਂ US ਪ੍ਰੋਡਕਟਸ ਉੱਪਰ $16.6 billion ਦੇ ਰਿਟੈਲੀਏਟਰੀ ਟੈਰਿਫਸ ਲਾਗੂ ਕਰਨ ਦੇ ਲਈ ਤਿਆਰ ਹੈ। ਹਾਊਸ ਆਫ ਕਾਮਨਸ ਕਮੇਟੀ ਨੇ ਸੱਤਾ ਵਿੱਚ ਲਿਬਰਲਸ ਨੂੰ ਪੋਲੀਟੀਕਲ ਪਾਰਟੀਜ਼ ਅਤੇ ਖਿਡਾਰੀਆਂ ਨੂੰ ਫੈਡਰਲ ਪ੍ਰਾਈਵੇਸੀ ਕਾਨੂੰਨਾਂ ਦੇ ਅਧੀਨ ਬਣਾਉਣ ਦੇ ਲਈ ਕਿਹਾ ਹੈ, ਤਾਂ ਕਿ ਉਹ ਕੈਨੇਡੀਅਨ ਚੋਣਾਂ ਵਿੱਚ ਛੇੜਛਾੜ ਨੂੰ ਰੋਕ ਸਕਣ। ਕਮੇਟੀ ਨੇ ਬਿਹਤਰ ਖੁਲਾਸਾ ਕਰਨ ਦੇ ਲਈ ਕਿਹਾ ਹੈ ਕਿ ਪੋਲੀਟੀਕਲ ਪਾਰਟੀਜ਼ ਪਰਸਨਲ ਜਾਣਕਾਰੀ ਦਾ ਇਸਤੇਮਾਲ ਕਿਵੇਂ ਕਰਦੀਆਂ ਹਨ, ਜਿਸ ਵਿੱਚ ਉਹ ਕੈਨੇਡੀਅਨਸ ਨੂੰ ਐਡਸ ਦੇ ਨਾਲ ਟਾਰਗੇਟ ਕਰਦੇ ਹਨ। ਹਾਊਸ ਆਫ ਕਾਮਨਸ ਕਮੇਟੀ ਨੇ ਫੈਡਰਲ ਸਰਕਾਰ ਨੂੰ ਸ਼ੱਕਰ ਵਾਲੀ ਸ਼ਰਾਬ ਪੀਣ ਦੀ ਸਮੱਗਰੀ ਅਤੇ ਐਡਸ 'ਤੇ ਗੰਭੀਰ ਰੈਸਟ੍ਰਿਕਸ਼ਨਸ ਲਗਾਉਣ ਦੇ ਲਈ ਕਿਹਾ ਹੈ। ਰਿਪੋਰਟ ਦੇ ਵਿੱਚ ਹੈਲਥ ਕੈਨੇਡਾ ਨੇ ਬੈਵਰੇਜ ਵਿੱਚ ਸ਼ਰਾਬ, ਸ਼ੱਕਰ ਅਤੇ ਕੈਫੀਨ ਦੀ ਮਾਤਰਾ ਨੂੰ ਸੀਮਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਜ਼ਾਰਾਂ ਕੈਨੇਡੀਅਨਸ ਅਤੇ 2 ਟੈਰੀਟੋਰੀਅਲ ਸਰਕਾਰਾਂ ਨੇ ਅਮਰੀਕਨ ਰੈਗੂਲੇਟਰਸ ਨੂੰ ਕਿਹਾ ਹੈ ਕਿ ਉਹ ਅਲਾਸਕਨ ਵਾਈਲਡ ਲਾਈਫ ਸੈਂਚਰੀ ਵਿੱਚ ਆਇਲ ਡ੍ਰਿਲਿੰਗ ਦੀ ਮਨਜ਼ੂਰੀ ਨਾ ਦੇਣ, ਜੋ ਕਿ ਇੱਕ ਜ਼ਰੂਰੀ ਟਰਾਂਸ ਬਾਉਂਡਰੀ ਕੈਰੀਬੂ ਝੋਨ ਦਾ ਘਰ ਹੈ। 14,000 ਤੋਂ ਜ਼ਿਆਦਾ ਕੈਨੇਡੀਅਨਸ 0.5 million ਅਮੈਰੀਕਨਸ ਦੇ ਨਾਲ ਆਪਣੀ ਆਵਾਜ਼ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਡ੍ਰਿਲਿੰਗ ਪ੍ਰੋਗਰਾਮ ਦਾ ਵਿਰੋਧ ਕਰਨ ਦੇ ਲਈ ਲਿਖਿਆ।
प्रोग्रेसिव कंजरवेटिव ने साबका टोरी लीडर जेमी बैली नू बदलने लिए प्रोविंशियल उपचुनाव में अपने नोवा स्कॉशिया के कंबरलैंड साउथ की सवारी नू बरकरार रखा है। उन्होंने आरोपों की इंटरनल जांच के बाद जनवरी में इस्तीफा दे दिया सी जो बराबर व्यवहार नहीं सी। कैनेडा यूएस प्रेजिडेंट डोनाल्ड ट्रंप की जीरो टॉलरेंस माइग्रेंट पॉलिसी के प्रभाव की निगरानी कर रहा है, यह निर्धारित करने के लिए कि यूएस असाइलम सीकर्स के लिए एक सुरक्षित देश बनिया होया है या नहीं। क्रिटिक्स ने कैनेडा ते यूएस के नाल सुरक्षित तीसरे देश के समझौते को लंबित करके तुरंत जवाब देने के लिए कहा है। यूएस कॉमर्स सैक्रेटरी विल्बर रॉस ने स्वीकार किया है कि कैनेडा नैशनल सिक्योरिटी खतरा नहीं है और एक रीवाइटलाइज नाफ्टा स्टील और एलमीनियम से ट्रंप प्रशासन के टैरिफ को दूर कर सकता है। रॉस ने यह भी कहा है कि यूएस के कोल कैनेडा के नाल स्टील से व्यापार घाटा नहीं है। एक साबका एबर्ट्सफोर्ड आदमी जिसनों पहले लोकल गैंग के लीडर के रूप में पहचाणिया गया सी नू कथित रूप से भारत में ड्रग ऑपरेशन चलाने लिए गिरफ्तार किया गया है। जिमी संधु ड्रग्स के मैनुफैक्चरिंग के शामिल कथित फैक्टरी के मालक सन। इसे साडा न्यूज़ बुलेटिन हुण समाप्त हुंदा है, पर तुसीं इंडियन टाइम्स डेली ते लॉकडाउन रहो क्योंकि अगे असीं लैके आ रहे हैं बॉलीवुड दीआं खबरां। इहदे अलावा हुण इस पोर्टल ते अकाउंटिंग फर्म्स तों लैके वैडिंग प्लैनर तक सारे कैनेडियन बिजनेसिज एंड रिसोर्सिज नूं लभ सकदे हन। इंडियन टाइम्स डेली विच असीं सारे चाहुंदे हां कि तुहाडा अज दा दिन शुभ ते खुशगवार गुजरे। वेलकम टू द फील्ड फ्रेश सुपरमार्केट, वन स्टॉप शॉप फॉर फ्रेश वेजिटेबल्स, फ्रूट्स, बेकरी प्रोडक्ट्स, इंडियन एंड चाइनीज ग्रोसरी एंड मच मोर। Visit us today at 5661 Steeles Avenue East in Scarborough, major intersection Steeles and Middlefield. Check out our weekly flyers. Field Fresh Supermarket, always fresh. Celebrities like Malaika Arora, Pooja Chopra and Rakul Preet Singh, among many others, have wished a speedy recovery to internationally acclaimed Indian actor Irfan Khan, who is currently being treated for a rare disease. Irfan, in March, announced that he has been diagnosed with neuroendocrine tumor and that he was going out of the country for treatment. I really wouldn't want to comment too much about it, but I think everybody is concerned. Everybody in their own way will definitely say a prayer for his speedy recovery for sure. It is in all our prayers. In fact, the first time I got to know about this, main unki film dekhne gayi thi, Blackmail, jo mujhe bahut pasand aayi thi, and that's when I got to know that he's really unwell. And I feel bad because hamare industry ke itne stalwart actor hain and we all look up to him. He's one of my favorite actors. Internationally, he's, you know, known and proved that he's one of the best actors our country has. So all my best wishes and prayers, he's in all our prayers. You know, I think the entire country is praying for his recovery. I am a fan of his work and it is heartbreaking to see someone like him, someone such like a genuine person like him suffer through so much, and his message was really heartwarming. It's such a positive message towards life, and I'm sure that the entire universe will come together and he will be fine very soon. I'm a big fan of Irfan Khan. I am being a fan. When you read these kind of news, it's of course you feel bad, yeah. And you can pray. All I can do is I can pray for him. I hope Bhagwan, Allah, meri sun le, and inshallah he should be fine as soon as possible. That's all I can pray for him. Immigration Terminal, the specialist for visitor visa, student visa, business immigration, family sponsorship, work permits, PNP programs, live-in caregivers and LMIA applications. Highly experienced in cases involving criminal or medical admissibility and previously refused or misrepresentation cases. Call 416-675-5666 in Ontario or 778-927-3455 in BC. Email us at info@immigrationterminal.ca. Immigration Terminal, right consultants, bright future. Actress Rakul Preet, who last featured in Neeraj Pandya's Ayari, says 50% of the shoot of her forthcoming urban romantic comedy film with Ajay Devgan is complete. While interacting with media on the sidelines of Femina Miss India Grand Finale here in Mumbai on Tuesday, Rakul said, "Right now, in Hindi, I'm working on this film with Ajay Devgan sir, which is a rom-com, which is Love Ranjan sir's film. We are 50% through the film, so you'll see me very soon. And then I have a bunch of South films. I'm working on 3 Tamil films and 1 Telugu film." The Ajay starrer also features Tabu in a pivotal role, and it will focus on modern-day urban relationships in a quirky way. The film is slated to release around Dashera in October, is being shot extensively in Himachal Pradesh and London. Scans are
Accountant. A team of highly professional accountants, we deliver quality and immeasurable assistance to our clients. For Canada audit assistance and your business loans, the only name you can trust. A professional accountant always makes a difference. For more information, call us at 416-741-0801 or visit us at scansaccountants.com. Scans Accountant.